ਹਾਂਜੀ ਸਟੂਡੈਂਟਸ ਵੈਲਕਮ ਕਰਦੇ ਕਰਦੇ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਕਿ ਇਨਫੋਰਮੇਸ਼ਨ ਦੇਣੀ ਆ ਇਹ ਹੈ ਤੁਹਾਨੂੰ ਜਿਹੜੀ ਕਿ ਇਨਫੋਰਮੇਸ਼ਨ ਹੈ ਤੁਹਾਡੇ ਜੋ ਬਾਇ ਮੰਥਲੀ ਐਗਜ਼ਾਮ ਹੋਣੇ ਨੇ ਉਹਨਾਂ ਬਾਰੇ ਆ 6ਵੀਂ ਤੋਂ 12ਵੀਂ ਹਾਂਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਠੀਕ ਹੈ ਤੇ 6ਵੀਂ ਤੋਂ 12ਵੀਂ ਜਮਾਤਾਂ ਲਈ ਬਾਇ ਮੰਥਲੀ ਇਹ ਜਿਹੜੇ ਕਿ ਜੋ ਐਗਜ਼ਾਮ ਨੇ ਉਹਨਾਂ ਦੀ ਡੇਟ ਸ਼ੀਟ ਦੇ ਸੰਬੰਧੀ ਜਿਹੜੀ ਕਿ ਰਿਗਾਰਡਿੰਗ ਇਹ ਹੈ ਤੇ ਤੁਹਾਨੂੰ ਜਿਹੜੇ ਕਿ ਜੋ ਤੁਹਾਡਾ ਇਗਜ਼ਾਮ ਹੋਣੇ ਨੇ ਇਹ ਕਿਹੜੇ ਸਿਲੇਬਸ ਦੇ ਵਿੱਚੋਂ ਟੋਟਲੀ ਦੇ ਵਿੱਚ ਦੱਸ ਰਹੀ ਆ ਮੈਂ ਹਾਂਜੀ ਜਿਹੜੇ ਤੁਹਾਡੇ ਇਗਜ਼ਾਮ ਨੇ 6ਵੀਂ ਤੋਂ 12ਵੀਂ ਤੱਕ ਇਹ ਹੋਣਗੇ ਕਦੋਂ ਕਿਨੀ ਡੇਟ ਨੂੰ ਸਟਾਰਟ ਨੇ 26 26 ਨਵੰਬਰ 26 ਨਵੰਬਰ ਤੋਂ ਸਟਾਰਟ ਹੋਣਗੇ ਜਿਹੜੇ ਕਿ ਤੁਹਾਡੇ ਇਗਜ਼ਾਮ ਕਰਵਾਈ ਜਾਊਗੀ ਤੇ ਇਹ ਜਿਹੜੇ ਕਿ ਸਕੂਲ ਮੁਖੀ ਦੁਆਰਾ ਆਪਣੇ ਜਿਹੜੀ ਕਿ ਡੇਟ ਸ਼ੀਟ ਤਿਆਰ ਕੀਤੀ ਜਾਊਗੀ ਇਹ ਆਪਣੇ ਪੱਧਰ ਤੇ ਤੇ ਇਹ ਪ੍ਰੀਖਿਆ ਜਿਹੜੇ ਕਿ ਤੁਹਾਡੀ ਚੱਲੂਗੀ 26 ਨਵੰਬਰ ਤੋਂ ਲੈ ਕੇ 9 ਦਸੰਬਰ ਤੱਕ 26 ਨਵੰਬਰ ਤੋਂ ਲੈ ਕੇ 9 ਦਸੰਬਰ ਤੱਕ ਜਿਹੜੇ ਕਿ ਤੁਹਾਡੇ ਬਾਇਮੰਥਲੀ ਐਗਜ਼ਾਮ ਹੋਣੇ ਨੇ ਤੇ ਇਹ ਪ੍ਰੀਖਿਆ ਜਿਹੜੇ ਕਿ ਆਫਲਾਈਨ ਹੋਊਗੀ ਤੇ ਇਹ ਪ੍ਰੀਖਿਆ ਜਿਹੜੇ ਕਿ ਇਹਦਾ ਸਿਲੇਬਸ ਕਿਹੜਾ ਰਹੂਗਾ ਹਾਂਜੀ ਇਹਦਾ ਸਿਲੇਬਸ ਦਾ ਸਤੰਬਰ ਤੋਂ ਲੈ ਕੇ ਨਵੰਬਰ ਸਤੰਬਰ ਅਕਤੂਬਰ ਨਵੰਬਰ ਇਹਨਾਂ ਤਿੰਨਾਂ ਮੰਥਸ ਦਾ ਜਿਹੜੇ ਕਿ ਤੁਹਾਡਾ ਸਿਲੇਬਸ ਹੋਊਗਾ ਸਤੰਬਰ ਅਕਤੂਬਰ ਨਵੰਬਰ ਠੀਕ ਹੈ ਇਹਨਾਂ ਸਿਲੇਬਸ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ ਇਗਜ਼ਾਮ ਜੋ ਤੁਹਾਡਾ ਹੋਗਾ ਇਹ ਹੋਊਗਾ ਤੇ ਹੁਣ ਇਹ ਕਿੰਨੇ ਮਾਰਕਸ ਦਾ ਹੋਊਗਾ ਹਾਂਜੀ ਇਸ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਕੂਲ ਮੁਖੀਆ ਵੱਲੋਂ ਆਪਣੇ ਸੰਬੰਧਿਤ ਵਿਸ਼ਾ ਦੇ ਅਧਿਆਪਕ ਵੱਲੋਂ ਤਿਆਰ ਕਰਵਾਏ ਜਾਣਗੇ ਤੇ ਇਹ ਜਿਹੜੇ ਕਿ 50 50% ਅੰਕਾਂ ਦਾ ਹੋਊਗਾ ਤੁਹਾਡਾ ਜਿਹੜੇ ਕਿ ਇਗਜ਼ਾਮ ਹੋਊਗਾ ਜਿਸ ਦੇ ਵਿੱਚ 40% ਜਿਹੜੇ ਕਿ ਮਾਰਕਸ ਨੇ ਲਰਨਿੰਗ ਆਊਟਕਮ ਦੇ ਬੇਸਡ ਹੋਣਗੇ ਤੇ 60 ਜਿਹੜੇ ਕਿ ਟੈਕਸਟ ਬੁੱਕ ਬੇਸਡ ਪ੍ਰਸ਼ਨ ਹੋਣਗੇ ਹਾਂਜੀ ਇਹ ਜਿਹੜੀ ਕਿ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੋ ਕਿ ਤੁਹਾਡੇ ਇਗਜ਼ਾਮ ਹੁਣ ਸਟਾਰਟ ਹੋਣਗੇ ਤੇ ਨਤੀਜਾ ਜਿਹੜਾ ਕਿ ਤੁਹਾਡਾ 1 2 ਦਸੰਬਰ ਨੂੰ ਆ ਜਾਣਾ ਤੇ ਇਹ ਜੋ ਹੈ ਨੇ ਸਟਾਰਟ ਹੋਣਗੇ ਤੁਹਾਡੇ 26 ਨਵੰਬਰ ਤੋਂ ਲੈ ਕੇ 9 ਦਸੰਬਰ ਤੱਕ ਸੋ ਵੀਡੀਓ ਨੂੰ ਵੱਧ ਤੋਂ ਵੱਧ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਦੇ ਲਈ ਜਿਹੜੇ ਕਿ ਈਜ਼ੀ ਤੋਂ ਈਜ਼ੀ ਇਜੜੇ ਕਿ ਵਰਡਿੰਗ ਦੇ ਵਿੱਚ ਇਹਨਾਂ ਮੰਥਸ ਦਾ ਜਿਹੜੇ ਕਿ ਸਿਲੇਬਸ ਹੋਊਗਾ ਉਹ ਕਰਵਾਵਾਂਗੇ 올 ਸਬਜੈਕਟਸ ਦਾ ਕਰਾਉਣ ਦੀ ਕੋਸ਼ਿਸ਼ ਕਰਾਂ 12th ਐਂਡ ਪਲੱਸ 1 ਕਲਾਸ ਨੂੰ ਤੇ 10th ਕਲਾਸ ਵੀ ਅਗਰ ਜਿਹੜੇ ਕਿ ਚੈਨਲ ਦੇ ਨਾਲ ਜੋੜਦੇ ਨੇ 9th ਤੋਂ ਜ਼ਰੂਰ ਕਮੈਂਟ ਕਰਨ ਤਾਂ ਕਿ ਅਸੀਂ ਉਹਨਾਂ ਲਈ ਵੀ ਈਜ਼ੀ ਤੋਂ ਈਜ਼ੀ ਵੇਦੇ ਨਾਲ ਜਿਹੜੇ ਕਿ ਸਮਝਾਵਾਂਗੇ ਜੋ ਵੀ ਉਹਨਾਂ ਦਾ ਸਿਲੇਬਸ ਹੋਊਗਾ ਠੀਕ ਹੈ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਇਹਨਾਂ ਐਗਜ਼ਾਮ ਦੇ ਵਿੱਚੋਂ ਵਧੀਆ ਮਾਰਕਸ ਜਿਹੜੇ ਕਿ ਗੇਨ ਕਰ ਸਕੋ ਸੋ ਥੈਂਕਸ